الرحيم. السلام عليكم. ਤੁਹਾਡਾ ਮੇਜ਼ਬਾਨ ਫਰਿਆਜ਼ ਹੁਸੈਨ ਅੱਜ ਤੁਹਾਡੀ ਖਿਦਮਤ ਦੇ ਅੰਦਰ ਹਾਜ਼ਰ ਹੈ ਅਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਕਾਟਨ। ਜਿਸ ਤਰ੍ਹਾਂ ਕਿ ਤਮਾਮ ਦੋਸਤਾਂ ਨੂੰ ਪਤਾ ਹੈ ਕਿ ਇਸ ਵਕਤ ਸਾਡੇ ਮੁਲਕ ਦੇ ਅੰਦਰ ਕਾਟਨ ਦੀ ਖਾਤਰਖਾਹ ਕਮੀ ਹੈ ਅਤੇ ਕਾਟਨ ਦੀ ਫਸਲ ਸਾਡੇ ਵਾਸਤੇ ਬਹੁਤ ਜ਼ਰੂਰੀ ਔਰ ਅਹਿਮ ਹੈ ਅਤੇ ਇਸ ਲਈ ਦੋਸਤੋ ਅੱਜ ਕੱਲ੍ਹ ਕਾਟਨ ਦੀ ਫਸਲ ਦੇ ਉੱਤੇ ਸਫੈਦ ਮੱਖੀ ਔਰ ਸਬਜ਼ ਤੇਲੇ ਦਾ ਬਹੁਤ ਜ਼ਿਆਦਾ ਹਮਲਾ ਹੋ ਰਿਹਾ ਹੈ ਜਿਹੜਾ ਕਿ ਕਿਸੇ ਵੀ ਦਵਾਈ ਦੇ ਨਾਲ ਕੰਟਰੋਲ ਨਹੀਂ ਹੋ ਰਿਹਾ। ਸਾਰੇ ਫਾਰਮਰ ਜਿੰਨੇ ਵੀ ਫਾਰਮਰ ਨੇ ਸਭ ਪਰੇਸ਼ਾਨ ਨੇ ਕਿ ਇਹਨੂੰ ਕੰਟਰੋਲ ਕਰਨ ਵਾਸਤੇ ਕੀ ਕੀਤਾ ਜਾਵੇ। ਮੁਖਤਲਿਫ ਪੈਸਟੀਸਾਈਡ ਕੰਪਨੀਜ਼ ਦੇ ਮਾਲਕਾਨ, ਸੇਲ ਆਫੀਸਰ ਔਰ ਡੀਲਰ ਹਜ਼ਰਾਤ ਮੁਖਤਲਿਫ ਕਿਸਮ ਦੀਆਂ ਦਵਾਈਆਂ ਜਿਹੜੀਆਂ ਨੇ ਇਸਤੇਮਾਲ ਕਰਵਾ ਰਹੇ ਨੇ, ਉਹਨਾਂ ਦੇ ਬਾਵਜੂਦ ਇਹਦੇ ਉੱਤੇ ਕੰਟਰੋਲ ਨਹੀਂ ਹੋ ਰਿਹਾ ਅਤੇ ਅੱਜ ਅਸੀਂ ਆਪਣੇ ਜਿਹੜੇ ਦੋਸਤ ਨੇ ਉਹਨਾਂ ਨੂੰ ਦੱਸਾਂਗੇ ਕਿ ਇਹਨੇ ਕੰਟਰੋਲ ਕਰਨ ਦਾ ਬਿਹਤਰੀਨ ਔਰ ਸਸਤਾ ਤਰੀਨ ਹੱਲ ਕਿਹੜਾ ਹੈ। ਅੱਜ ਦਾ ਅਸੀਂ ਤੁਹਾਨੂੰ ਹੱਲ ਦੱਸਦੇ ਹਾਂ ਜਨਾਬ ਨੂੰ। ਸਭ ਤੋਂ ਪਹਿਲੇ ਕਿ 30 ਏਕੜ ਤੁਸੀਂ ਇੱਕ ਪੈਕਟ ਮੀਡਾ ਲਗਾਉਣਾ ਹੈ, ਲੈਣਾ ਹੈ, ਠੀਕ ਹੈ। 6 ਓਮਥੈਕਸਨ ਗ੍ਰਾਮ ਦੇ 2 ਪੈਕਟ 30 ਏਕੜ। ਔਰ ਇਸ ਦੇ ਨਾਲ ਨਾਲ ਦੋਸਤੋ ਤੁਹਾਨੂੰ ਅਸੀਂ ਦੱਸਦੇ ਹਾਂ ਕਿ MMActin ਇਹ 40 ਪਾਣੀ ਤੁਸੀਂ ਇੱਕ ਟੈਂਕੀ ਦੇ ਅੰਦਰ, ਠੀਕ ਹੈ। ਔਰ ਤੁਸੀਂ ਇਹ ਸਪਰੇਅ ਕਰਨਾ ਹੈ 30 ਏਕੜ ਨੂੰ 5 ਟੈਂਕੀਆਂ ਲਗਾ ਕੇ। ਇਸ ਦਾ ਸਪਰੇਅ ਤੋਂ ਰਿਜ਼ਲਟ ਆਏਗਾ 4 ਤੋਂ 5 ਦਿਨ ਬਾਅਦ ਅਤੇ ਤੁਸੀਂ ਖੁਦ ਦੇਖੋਗੇ ਕਿ ਬਿਲਕੁਲ ਅੱਛਾ ਸਾਡਾ ਫਸਲ ਹੋ ਰਿਹਾ ਔਰ ਅੱਛਾ ਰਿਜ਼ਲਟ ਆ ਰਿਹਾ। ਅੱਛਾ ਦੋਸਤੋ, ਅਸੀਂ ਹੁਣ ਚੱਲਦੇ ਹਾਂ ਪਲਾਟ ਦੇ ਅੰਦਰ ਔਰ ਅਸੀਂ ਕਰਦੇ ਹਾਂ ਸਪਰੇਅ ਅਤੇ ਜ਼ਿਮੀਂਦਾਰ ਭਾਈਆਂ ਨੂੰ ਦੱਸਦੇ ਹਾਂ ਕਿ ਸਪਰੇਅ ਕਰਨ ਦਾ ਤਰੀਕਾਕਾਰ ਕੀ ਹੈ। ਕਾਫੀ ਸਾਡੇ ਜ਼ਿਮੀਂਦਾਰ ਭਰਾ ਜਿਹੜੇ ਨੇ ਉਹ ਸਪਰੇਅ ਕਰਨ ਦੇ ਵਿੱਚ ਬਹੁਤ ਗਲਤੀਆਂ ਕਰ ਲੈਂਦੇ ਨੇ ਅਤੇ ਆਓ ਅਸੀਂ ਪਲਾਟ ਦੇ ਅੰਦਰ ਚੱਲਦੇ ਹਾਂ ਔਰ ਜ਼ਿਮੀਂਦਾਰ ਨੂੰ ਦੱਸਦੇ ਹਾਂ ਸਪਰੇਅ ਕਰਨ ਦਾ ਤਰੀਕਾਕਾਰ। ਅੱਛਾ ਦੋਸਤੋ, ਅਸੀਂ ਹੁਣ ਪਲਾਟ ਦੇ ਅੰਦਰ ਮੌਜੂਦ ਹਾਂ। ਦੇਖ ਸਕਦੇ ਜੇ ਤੁਸੀਂ ਕਿ ਮੇਰੇ ਪਿੱਛੇ ਸਪਰੇਅ ਲਈ ਟੈਂਕੀ ਵੀ ਪਾਈ ਆ ਅਤੇ ਹੁਣ ਅਸੀਂ ਸਪਰੇਅ ਕਰ ਰਹੇ ਹਾਂ। ਸਭ ਤੋਂ ਜਿਹੜੀ ਅਹਿਮ ਚੀਜ਼ ਆ ਸਪਰੇਅ ਕਰਨ ਦੇ ਹਵਾਲੇ ਨਾਲ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੁਛ ਜ਼ਿਮੀਂਦਾਰ ਇਸ ਤਰ੍ਹਾਂ ਕਰਦੇ ਨੇ ਕਿ ਸਪਰੇਅ ਦੇ ਵਿੱਚ 3 ਖੇਲੀਆਂ ਜਾਂ 4 ਖੇਲੀਆਂ ਜਿਹੜਾ ਫਾਰਮਰ ਹਜ਼ਰਾਤ ਤੋਂ ਲੈ ਕੇ ਜਾਂਦਾ ਹੈ ਸਪਰੇਅ ਕਰਨ ਵਾਲਾ ਅਤੇ ਉਹਦੇ 'ਚ ਜਨਾਬ ਪਾੜਾ ਹੋ ਜਾਂਦਾ ਹੈ ਜਿਹਦੀ ਵਜ੍ਹਾ ਤੋਂ ਹਰ ਪੌਦੇ ਦੇ ਉੱਤੇ ਸਪਰੇਅ ਨਹੀਂ ਪੈਂਦੀ ਅਤੇ ਇਸ ਵਜ੍ਹਾ ਤੋਂ ਸਪਰੇਅ ਦਾ ਅੱਛਾ ਰਿਜ਼ਲਟ ਨਹੀਂ ਆਉਂਦਾ ਅਤੇ ਮੈਂ ਤਾਂ ਰਿਕੁਐਸਟ ਕਰਾਂਗਾ ਸਾਰੇ ਜ਼ਿਮੀਂਦਾਰਾਂ ਨੂੰ ਕਿਉਂਕਿ ਅਸੀਂ ਐਡੀ ਮਹਿੰਗੀ ਸਪਰੇਅ ਲੈ ਕੇ ਆਉਂਦੇ ਹਾਂ, ਠੀਕ ਹੈ, ਫਿਰ ਅਸੀਂ ਠੇਕੇ ਉੱਤੋਂ ਇੰਨੇ ਮਹਿੰਗੇ ਭਰਦੇ ਹਾਂ, DAP ਇੰਨੀ ਮਹਿੰਗੀ ਹੈ, ਡੀਜ਼ਲ ਇੰਨਾ ਮਹਿੰਗਾ ਹੈ ਅਤੇ ਅਗਰ ਅਸੀਂ ਸਪਰੇਅ ਅੱਛੇ ਤਰੀਕੇ ਨਾਲ ਨਹੀਂ ਨਾ ਕਰਵਾ ਸਕਦੇ ਤਾਂ ਅਸੀਂ ਫਿਰ ਅੱਛੀ ਪੈਦਾਵਾਰ ਵੀ ਨਹੀਂ ਲੈ ਸਕਦੇ ਅਤੇ ਸਪਰੇਅ ਕਰਨ ਦਾ ਬਿਹਤਰੀਨ ਹੱਲ ਇਹ ਹੈ ਮੇਰੇ ਭਰਾਓ ਕਿ ਆਪ ਉੱਤੇ ਖੜੇ ਹੋ ਕੇ ਖੁਦ ਸਪਰੇਅ ਕਰਵਾਓ ਅਤੇ ਮੈਂ ਤਾਂ ਜਨਾਬ ਨੂੰ ਇਹੋ ਹੀ ਰਿਕੁਐਸਟ ਕਰ ਰਿਹਾ ਅਤੇ ਮਜ਼ੀਦ ਕੋਈ ਵੀ ਅਗਰ ਸਵਾਲ ਤੁਹਾਨੂੰ ਹੋਵੇ ਤਾਂ ਤੁਸੀਂ ਮੈਨੂੰ ਕਮੈਂਟਸ ਦੇ ਅੰਦਰ ਮੈਸੇਜ ਕਰਕੇ ਅਤੇ ਕਹਿ ਸਕਦੇ ਜੇ ਅਤੇ ਮੇਰੇ ਚੈਨਲ ਨੂੰ ਲਾਈਕ ਔਰ ਫਾਲੋ ਕਰ ਦਿਓ ਅਤੇ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਅੰਦਰ ਅਸੀਂ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦੇ ਦਿਓ, ਤੁਹਾਡਾ ਮੇਜ਼ਬਾਨ ਫਰਿਆਜ਼ ਹੁਸੈਨ ਅਤੇ ਦੁਆਵਾਂ 'ਚ ਯਾਦ ਰੱਖੋ, ਜ਼ਿਮੀਂਦਾਰ ਭਰਾਓ ਜ਼ਰਾ ਨੇੜੇ ਨੇੜੇ ਆਓ।